ਇਹ ਜਲੇਬੀਆਂ ਵਰਗੀ ਦਿਸਣ ਵਾਲੀ ਚੀਜ਼ ਇਹ ਜਲੇਬੀ ਨਹੀਂ ਹੈ ਜੀ, ਇਹ ਹੈਗੇ ਆ ਜੀ ਲੂਣ ਵਾਲੇ ਪਕੌੜੇ, ਜਿਹੜੇ ਕਿ ਆਪਾਂ ਮਾਰਕੀਟ ਦੇ ਵਿੱਚ ਲੈ ਕੇ ਆਉਂਦੇ ਆਲੂ ਪਕੌੜਿਆਂ ਦੀ ਸਬਜ਼ੀ ਬਣਾਉਣ ਵਾਸਤੇ, ਜਿਹਨੂੰ ਟਾਂਗਰ ਵੀ ਬੋਲਿਆ ਜਾਂਦਾ। ਇਹਨੂੰ ਅੱਜ ਆਪਾਂ ਘਰੇ ਤਿਆਰ ਕੀਤਾ ਬੜੇ ਸਿੰਪਲ ਤੇ ਸੌਖੇ ਤਰੀਕੇ ਨਾਲ। ਮਸਾਲੇ ਦੇ ਵਿੱਚ ਉਹ ਪਾਇਆ ਜਿਹੜੇ ਮਾਰਕੀਟ ਵਿੱਚੋਂ ਮਿਲਣ ਵਾਲੇ ਪਕੌੜਿਆਂ ਵਿੱਚ ਕਦੇ ਵੀ ਨਹੀਂ ਹੁੰਦੇ, ਤੇ ਕਿਹੜੇ ਮਸਾਲੇ ਪਾਏ, ਕਿਸ ਤਰ੍ਹਾਂ ਤਿਆਰ ਕੀਤਾ, ਤੁਸੀਂ ਅੱਗੇ ਵੀਡੀਓ 'ਚ ਦੇਖੋ। ਹੈਲੋ ਫਰੈਂਡ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਰਾਮ ਰਾਮ, ਜੈ ਮਾਤਾ ਦੀ, ਕੈਸੇ ਹੋ ਸਭ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ। ਤੇ ਫਰੈਂਡ, ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ। ਅੱਜ ਦੀ ਜਿਹੜੀ ਵੀਡੀਓ ਵਾ ਉਹ ਇਸ ਰੈਸਪੀ ਤੇ ਆ ਵੀ ਜਿਵੇਂ ਅੱਜ ਕੱਲ ਆਪਾਂ, ਜਿਵੇਂ ਤੁਹਾਨੂੰ ਪਤਾ, ਵੜੀਆਂ ਸੇਲ ਕਰਦੇ ਪਏ ਆ, ਤੇ ਫਿਰ ਆਪਾਂ ਨੂੰ ਆਰਡਰ ਆ ਰਿਹਾ ਸੀਗਾ ਵੀ ਸਾਨੂੰ ਪਕੌੜੇ ਵੀ ਚਾਹੀਦੇ ਨੇ ਬੇਸਣ ਦੇ, ਜਿਹੜੇ ਆਲੂ ਪਕੌੜੇ ਬਣਾਈ ਦੀ ਸਬਜ਼ੀ ਬਣਾਈ ਦੀ ਹੈ, ਚਾਹੇ ਉਹਨੂੰ ਟਾਂਗਰ ਵੀ ਬੋਲਿਆ ਜਾਂਦਾ ਵਾ, ਤੁਸੀਂ ਕਿਹੜੇ ਨਾਮ ਨਾਲ ਜਾਂਦੇ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਉਹ ਜਿਹੜੇ ਆਪਾਂ ਟਾਂਗਰ ਪਕੌੜੇ ਬਣਾਵਾਂਗੇ, ਤੁਸੀਂ ਉੱਤੇ ਵੀਡੀਓ ਤੇ ਵੇਖ ਸਕਦੇ ਹੋ, ਆਪਾਂ ਉਹਦੀ ਫੋਟੋ ਲਗਾ ਦਿੱਤੀ ਆ। ਤੇ ਅੱਜ ਇਹ ਆਪਾਂ ਪਕੌੜੇ ਘਰੇ ਤਿਆਰ ਕਰਨ ਲੱਗੇ ਆ। ਵੈਸੇ ਮਾਰਕੀਟ 'ਚ ਜਦੋਂ ਤੁਸੀਂ ਲੈ ਕੇ ਆਉਂਦੇ ਹੋ, ਤੁਹਾਨੂੰ ਪਤਾ ਕਿਵੇਂ ਗੰਦਾ ਤੇਲ ਹੁੰਦਾ ਵਾ, ਮਸਾਲੇ ਪਤਾ ਨਹੀਂ ਕਿਹੋ ਜਿਹੇ ਉਹਨਾਂ ਨੇ ਵਿੱਚ ਇਸਤੇਮਾਲ ਕੀਤੇ ਹੋਣ, ਜਿਵੇਂ ਤੁਹਾਨੂੰ ਪਤਾ MDH ਵਾਲਿਆਂ ਦਾ ਰੌਲਾ ਪੈ ਰਿਹਾ। ਇੱਦਾਂ ਵੀ ਹਰ ਮਸਾਲੇ ਵਾਲੇ ਕੁਛ ਨਾ ਕੁਛ ਇਹੋ ਜਿਹਾ ਕਰਦੇ ਰਹਿੰਦੇ ਆ, ਕਿਉਂਕਿ ਉਹਨਾਂ ਨੇ ਜਿਹੜੀ ਚੀਜ਼ ਸੇਲ ਕਰਨੀ ਹੁੰਦੀ ਹੈ, ਤੇ ਘਰ ਦੇ ਵਿੱਚ ਜਿਹੜੀ ਆਪਾਂ ਚੀਜ਼ ਬਣਾਉਂਦੇ ਆ ਉਹ ਆਪਾਂ ਆਪਣੇ ਖਾਣ ਵਾਸਤੇ ਬਣਾਉਣੀ ਹੁੰਦੀ ਆ, ਉਹਦੇ ਵਿੱਚ ਆਪਾਂ ਕੋਈ ਕਮਾਈ ਨਹੀਂ ਕਰਨੀ ਹੁੰਦੀ। ਉਹਨਾਂ ਨੇ ਸਿਰਫ ਆਪਣਾ ਪੈਸਾ ਵੇਖਣਾ ਹੁੰਦਾ, ਆਪਣਾ ਮੁਨਾਫਾ ਵੇਖਣਾ ਹੁੰਦਾ ਵੀ ਘਟੀਆ ਤੋਂ ਘਟੀਆ ਚੀਜ਼ ਪਾ ਕੇ ਮੁਨਾਫਾ ਕਿੰਨਾ ਹੁੰਦਾ। ਤੇ ਪਰ ਇਹਨੂੰ ਅੱਜ ਆਪਾਂ ਘਰੇ ਤਿਆਰ ਕਰਾਂਗੇ। ਘਰ ਦਾ ਜਿਹੜਾ ਬੇਸਣ ਆ ਉਹਨੂੰ ਅਸੀਂ ਬੇਸਣ ਨੂੰ ਵੀ ਘਰੇ ਤਿਆਰ ਕੀਤਾ, ਘਰੇ ਜਿਹੜੇ ਮਸਾਲੇ ਸਾਫ਼ ਸੁਥਰੇ ਤਰੀਕੇ ਨਾਲ ਆਪਾਂ ਪਾਵਾਂਗੇ। ਤਿਆਰ ਕਰਾਂਗੇ ਜੀ ਸੇਵੀਆਂ ਵਾਲੀ ਮਸ਼ੀਨ ਦੇ ਨਾਲ, ਜਿਹਦੇ ਨਾਲ ਆਪਾਂ ਫਲੂਦਾ ਵਗੈਰਾ ਵੀ ਬਣਾਉਂਦੇ ਹਾਂ। ਤੇ ਜੇ ਨਹੀਂ ਇਹ ਕਿਸੇ ਕੋਲ ਮਸ਼ੀਨ ਹੈਗੀ ਤੇ ਇਹਦਾ ਵੀ ਹੱਲ ਅੱਗੇ ਆਪਾਂ ਵੀਡੀਓ 'ਚ ਦੱਸਾਂਗੇ। ਤੇ ਇੱਕ ਖਾਸ ਚੀਜ਼ ਆਪਾਂ ਇਹਨਾਂ ਪਕੌੜਿਆਂ ਜਾਂ ਟਾਂਗਰ ਦੇ ਵਿੱਚ ਪਾਵਾਂਗੇ ਕਿ ਜਿਹੜੀ ਮਾਰਕੀਟ ਤੋਂ ਆਪਾਂ ਨਹੀਂ ਮਿਲਦੀ। ਸੋ ਕਿਹੜੀ ਚੀਜ਼ ਆ ਤੁਸੀਂ ਅੱਗੇ ਵੀਡੀਓ 'ਚ ਦੇਖਿਓ ਜੀ, ਤੇ ਆਓ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਆਪਾਂ ਕਿਹੜਾ ਕਿਹੜਾ ਮਟੀਰੀਅਲ ਇਹਦੇ ਵਾਸਤੇ ਇਸਤੇਮਾਲ ਕਰ ਰਹੇ ਹਾਂ। ਤੇ ਵੜੀਆਂ ਦੇ ਵਾਂਗਰ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਪੈਂਦੇ, ਬਹੁਤ ਘੱਟ ਮਸਾਲਿਆਂ ਦੇ ਨਾਲ ਇਹ ਤਿਆਰ ਹੁੰਦੇ ਆ। ਇਹ ਆਪਾਂ ਬੇਸਣ ਲੈ ਲਿਆ ਜੀ ਘਰ ਦਾ ਪੀਸਿਆ ਹੋਇਆ, ਮੇਨ ਜਿਹੜੀ ਸਵਾਦ ਆਉਣਾ ਇਹ ਘਰ ਦੇ ਪੀਸੇ ਬੇਸਣ ਦਾ ਹੀ ਆਉਣਾ ਹੈ, ਕਿਉਂਕਿ ਪਿਓਰ ਬੇਸਣ ਆ। ਤੇ ਜਿਵੇਂ ਤੁਹਾਨੂੰ ਪਤਾ, ਆਪਾਂ ਪਹਿਲਾਂ ਬੇਸਣ ਵਾਲੀ ਵੀਡੀਓ 'ਚ ਪਹਿਲਾਂ ਵੀ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਆ ਵੀ ਮਾਰਕੀਟ ਦਾ ਜਿਹੜਾ ਬੇਸਣ ਹੁੰਦਾ ਨਾ ਉਹ ਜਦੋਂ ਲੱਗ ਜਾਂਦੀ ਦਾਲ ਜਮਾਂ ਸੁੰਡੀਆਂ ਵਾਲੀ ਦਾਲ ਹੁੰਦੀ ਆ ਉਹਨੂੰ ਪੀਸ ਕੇ ਉਹਦਾ ਫਿਰ ਬੇਸਣ ਤਿਆਰ ਕੀਤਾ ਜਾਂਦਾ। ਪਰ ਆਪਾਂ ਜਿਹੜਾ ਇਹ ਚਨੇ ਦੀ ਦਾਲ ਸਾਫ਼ ਸੁਥਰੀ ਪਹਿਲਾਂ ਧੋ ਕੇ ਫਿਰ ਉਹਨੂੰ ਸਾਫ਼ ਸੁਥਰੀ ਚੰਗੀ ਤਰ੍ਹਾਂ ਸੁਕਾ ਕੇ ਫਿਰ ਆਪਾਂ ਉਹਦਾ ਬੇਸਣ ਜਿਹੜਾ ਘਰੇ ਤਿਆਰ ਕਰਦੇ ਹਾਂ। ਇਹ ਆਪਾਂ ਬੇਸਣ ਲੈ ਲਿਆ ਜੀ ਇੱਕ ਬਾਊਲ, ਤੇ ਇਹਦੇ ਵਿੱਚ ਮਸਾਲੇ ਜਿਹੜੇ ਆਪਾਂ ਵਰਤਾਂਗੇ ਉਹ ਹੈਗੀ ਜੀ ਅਜਵੈਨ, ਜੀਰਾ, ਕਾਲੀ ਮਿਰਚ, ਇਹਨੂੰ ਆਪਾਂ ਦਰਦਰੀ ਕੁੱਟ ਲਿਆ ਸੀਗਾ, ਤੇ ਦਰਦਰੀ ਕੁੱਟਣ ਦਾ ਕਾਰਨ ਵੀ ਆਪਾਂ ਤੁਹਾਨੂੰ ਦੱਸਾਂਗੇ ਬਾਅਦ 'ਚ ਵੀ ਇਹਨੂੰ ਆਪਾਂ ਦਰਦਰਾ ਕਿਉਂ ਕੁੱਟਿਆ। ਤੇ ਇਹ ਹੈਗਾ ਜੀ ਸੇਧਾ ਨਮਕ, ਬਸ ਇਹੀ ਜਿਹੜਾ ਮਟੀਰੀਅਲ ਪਾ ਕੇ ਤੇ ਇਹਨੂੰ ਆਪਾਂ ਤਿਆਰ ਕਰਨਾ। ਤੇ ਇਹਦੇ ਟੇਸਟ ਨੂੰ ਵਧਾਉਣ ਵਾਸਤੇ ਹੋਰ ਕਿਹੜੀ ਆਪਾਂ ਚੀਜ਼ ਪਾਉਣੀ ਆ ਉਹ ਅੱਗੇ ਆਪਾਂ ਵੀਡੀਓ 'ਚ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹ ਬਾਉਲ ਲੈ ਲੈਂਦੇ ਹਾਂ, ਉਹਦੇ ਵਿੱਚ ਆਪਾਂ ਪਾਉਂਦੇ ਹਾਂ ਜੀ ਇਹ ਬੇਸਣ। ਤੁਸੀਂ ਜਿੰਨੇ ਪਕੌੜੇ ਤਿਆਰ ਕਰਨੇ ਆ ਉਹਨਾਂ ਕੁ ਤੁਸੀਂ ਬੇਸਣ ਲੈ ਲੈਣਾ ਆਪਣੇ ਪਰਿਵਾਰ ਦੇ ਅਕੋਰਡਿੰਗ। ਵੈਸੇ ਤੁਸੀਂ ਇਹਨਾਂ ਨੂੰ ਖੁੱਲ੍ਹੇ ਬਣਾ ਕੇ ਵੀ ਰੱਖ ਸਕਦੇ ਹੋ, ਵੜੀਆਂ ਵਾਂਗੂ ਕੋਈ ਦਿੱਕਤ ਪ੍ਰੋਬਲਮ ਨਹੀਂ ਹੁੰਦੀ ਇਹਨਾਂ ਨੂੰ। ਤੇ ਜਿਹੜੇ ਪਕੌੜੇ ਜੀ ਆਪਾਂ ਭੈਣ ਭਰਾਵਾਂ ਦੀ ਡਿਮਾਂਡ ਤੇ ਤਿਆਰ ਕਰ ਰਹੇ ਹਾਂ, ਕਿਉਂਕਿ ਉਹ ਆਪਣੇ ਕੋਲ ਆਰਡਰ ਦਿੱਤਾ ਸੀ ਉਹਨਾਂ ਨੇ। ਜੇ ਤੁਸੀਂ ਵੀ ਇਹ ਪਕੌੜੇ ਚਾਹੇ ਵੜੀਆਂ ਚਾਹੇ ਕਿਸੇ ਵੀ ਕਿਸਮ ਦੇ ਪਾਪੜ ਚਾਹੇ ਕਿਸੇ ਵੀ ਕਿਸਮ ਦਾ ਅਚਾਰ ਸਾਡੇ ਕੋਲ ਮੰਗਾਉਣਾ ਹੋਵੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਸਾਨੂੰ ਆਪਣਾ ਆਰਡਰ ਦੇ ਸਕਦੇ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚ ਅਜਵਾਇਣ ਦੇ, ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹੱਥਾਂ ਦੇ ਉੱਤੇ ਐਂ ਮਸਲ ਕੇ ਫਿਰ ਪਾਵਾਂਗੇ। ਇਹਦੇ ਨਾਲ ਇਹਦਾ ਟੇਸਟ ਆ ਉਹ ਵਧੀਆ ਆਉਂਦਾ। ਤੇ 1 ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਜੀਰੇ ਦਾ, ਤੇ ਇਹ ਹੈਗੀ ਹੈ ਜੀ ਕਾਲੀ ਮਿਰਚ। ਤੁਸੀਂ ਇੱਥੇ ਲਾਲ ਵੀ ਪਾ ਸਕਦੇ ਹੋ, ਆਪਾਂ ਸਿਰਫ ਕਾਲੀ ਮਿਰਚ ਇਹਦੇ ਵਿੱਚ ਪਾਵਾਂਗੇ। 1.5 ਚਮਚ ਆਪਾਂ ਪਾਇਆ, ਤੇ 1.5 ਚਮਚ ਆਪਾਂ ਇਹਦੇ ਵਿੱਚ ਪਾ ਰਹੇ ਨਮਕ। ਨਮਕ ਤੁਸੀਂ ਆਪਦੇ ਟੇਸਟ ਅਕੋਰਡਿੰਗ ਪਾ ਲੈਣਾ। ਤੇ ਇਹਨੂੰ ਆਪਾਂ ਸਾਰੇ ਨੂੰ ਮਿਕਸ ਕਰ ਲਾਂਗੇ। ਇਹਦੇ ਵਿੱਚ ਆਪਾਂ ਕੋਈ ਸੋਡਾ ਨਹੀਂ, ਕੋਈ ਬੇਕਿੰਗ ਪਾਊਡਰ ਨਹੀਂ ਇਸਤੇਮਾਲ ਕਰਾਂਗੇ। ਤੇ ਤੁਸੀਂ ਦੇਖਿਓ ਕਿੰਨੇ ਐ ਕੁਰਕਰੇ ਤੇ ਪੋਲੇ ਪਕੌੜੇ ਬਣਨਗੇ, ਵਿੱਚੋਂ ਐ ਪੂਰੇ ਪੋਲੇ ਹੋਣਗੇ ਤੇ ਉੱਤੋਂ ਕੁਰਕਰੇ ਹੋਣਗੇ।
ਤੇ ਸਾਰਾ ਮਟੀਰੀਅਲ ਮਿਕਸ ਕਰਕੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਅੱਧੀ ਕੌਲੀ ਲਸਣ ਦੇ ਪਾਣੀ ਦੀ। ਇਹੀ ਉਹ ਚੀਜ਼ ਹੈ ਜਿਹੜੀ ਮਾਰਕੀਟ ਦੇ ਪਕੌੜਿਆਂ ਦੇ ਵਿੱਚ ਤੁਹਾਨੂੰ ਨਹੀਂ ਮਿਲਣੀ। ਇਹ ਲਸਣ ਦੇ ਪਾਣੀ ਵਾਲੇ ਪਕੌੜੇ ਤਿਆਰ ਕਰਨ ਲੱਗੇ ਹਾਂ ਆਪਾਂ। ਇਹਦੇ ਨਾਲ ਟੇਸਟ ਬਹੁਤ ਵਧੀਆ ਇਹਦਾ ਹੋ ਜਾਂਦਾ, ਜਿਵੇਂ ਤੁਸੀਂ ਲਸਣ ਵਾਲਾ ਨਮਕੀਨ ਖਾਂਦੇ ਹੋ ਨਾ ਭੁਜੀਆ ਜਿਹਨੂੰ ਆਪਾਂ ਬੋਲਦੇ ਹਾਂ, ਸੋ ਉਸੇ ਤਰ੍ਹਾਂ ਇਹਦੇ ਵਿੱਚ ਵੀ ਟੇਸਟ ਆਊਗਾ। ਤੇ ਹੁਣ ਆਪਾਂ ਲਸਣ ਵਾਲਾ ਪਾਣੀ ਵੀ ਚੰਗੀ ਤਰ੍ਹਾਂ ਇਹ 'ਚ ਮਿਕਸ ਕਰ ਲਿਆ ਤੇ ਹੁਣ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਤੇ ਇਹਦਾ ਆਪਾਂ ਘੋਲ ਤਿਆਰ ਕਰਾਂਗੇ। ਥੋੜ੍ਹਾ ਗਾੜਾ ਜਿਹਾ ਇਹਨੂੰ ਆਪਾਂ ਆਟੇ ਵਾਂਗੂ ਤਿਆਰ ਕਰਨਾ, ਜ਼ਿਆਦਾ ਨਹੀਂ ਇਹਦੇ ਵਿੱਚ ਆਪਾਂ ਪਾਣੀ ਪਾਉਣਾ। ਬਾਕੀ ਕੋਈ ਡਰ ਨਹੀਂ, ਜੇ ਜ਼ਿਆਦਾ ਪਾਣੀ ਹੋ ਜਾਊਗਾ ਤਾਂ ਤੁਸੀਂ ਉਹਦੇ ਵਿੱਚ ਬੇਸਣ ਹੋਰ ਐਡ ਕਰ ਸਕਦੇ ਹੋ। ਤੇ ਦੇਖੋ ਜੀ ਬੇਸਣ ਆਪਾਂ ਘੋਲ ਲਿਆ, ਇੰਨਾ ਗਾੜਾ ਆਪਣਾ ਬੇਸਣ ਹੋਣਾ ਚਾਹੀਦਾ, ਤੁਸੀਂ ਦੇਖ ਸਕਦੇ ਹੋ। ਇਹ ਦੇਖੋ ਇੰਨੇ ਗਾੜੇ ਬੇਸਣ ਦੇ ਆਪਾਂ ਬਣਾਵਾਂਗੇ। ਤੇ ਹੁਣ ਆਪਾਂ ਮਸ਼ੀਨ ਦੇ ਵਿੱਚ ਥੋੜ੍ਹਾ ਥੋੜ੍ਹਾ ਪਹਿਲਾਂ ਤੇਲ ਲਾ ਲੈਂਦੇ ਤਾਂ ਕਿ ਬੇਸਣ ਜਿਹੜਾ ਇਹਦੇ ਵਿੱਚ ਚਿਪਕੇ ਨਾ। ਤੇ ਹੁਣ ਆਪਾਂ ਇਹਦੇ ਵਿੱਚ ਬੇਸਣ ਭਰਾਂਗੇ। ਤੇ ਹੁਣ ਇਹਨੂੰ ਆਪਾਂ ਕਰ ਦਿੰਦੇ ਜੀ ਬੰਦ। ਇਹਨੂੰ ਆਪਾਂ ਚਲਾ ਕੇ ਪਹਿਲਾਂ ਬਾਹਰ ਚੈੱਕ ਕਰ ਲਿਆ ਸੀ ਤੇ ਹੁਣ ਆਪਾਂ ਤੇਲ ਦੇ ਵਿੱਚ ਇਹਨੂੰ ਕਰਾਂਗੇ। ਤੇ ਹੁਣ ਇਹਨੂੰ ਆਪਾਂ ਘੱਟ ਸੇਕ ਤੇ ਐ ਚੰਗੀ ਤਰ੍ਹਾਂ ਰੜਨਾ, ਜਾਨੀ ਕਿ ਉੱਪਰੋਂ ਇਹ ਕੁਰਕਰੇ ਹੋਣ ਤੇ ਵਿੱਚੋਂ ਇਹ ਨਰਮ ਹੋਣ। ਬਾਕੀ ਇਹਦਾ ਰੰਗ ਥੋੜਾ ਜਿਹਾ ਮੈਨੂੰ ਲਾਈਟ ਲੱਗਣ ਦਿਆ ਸੀਗਾ ਤੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾ ਲਈ ਆ, ਉਹਨੂੰ ਮਿਕਸ ਕਰ ਦਿੰਦੇ ਇਹਦੇ ਕਲਰ ਵਾਸਤੇ। ਤੁਸੀਂ ਸਕਿੱਪ ਵੀ ਕਰ ਸਕਦੇ ਹੋ ਤੇ ਪਾ ਵੀ ਸਕਦੇ ਹੋ, ਵੈਸੇ ਹਲਦੀ ਜਿਹੜੇ ਬਹੁਤ ਫਾਇਦੇ ਹੁੰਦੇ ਆ। ਤੇ ਹੁਣ ਇਹਦੀ ਆਪਾਂ ਪਰਤ ਚੇਂਜ ਕਰ ਦਿੰਦੇ ਤੇ ਦੂਜੀ ਸਾਈਡ ਤੋਂ ਇੱਦਾਂ ਹੀ ਪੱਕਦੇ ਰਹਿਣਗੇ। ਇਹ ਤੁਸੀਂ ਦੇਖ ਸਕਦੇ ਹੋ ਕਲਰ ਥੋੜ੍ਹਾ ਥੋੜ੍ਹਾ ਲਾਲ ਹੋ ਚੁੱਕਿਆ, ਇੱਦਾਂ ਹੀ ਇਹਨੂੰ ਆਪਾਂ ਥੋੜ੍ਹਾ ਥੋੜ੍ਹਾ ਲਾਲ ਕਰਨਾ, ਜ਼ਿਆਦਾ ਨਹੀਂ। ਹਿਲਾਉਣ ਦਾ ਮਕਸਦ ਆਪਣਾ ਇਹੀ ਹੈ ਵੀ ਇੱਕ ਜਗ੍ਹਾ ਤੇ ਇਹ ਪੂਰਾ ਪੱਕਦਾ ਨਾ ਰਹੇ, ਇੱਦਾਂ ਹਿਲਾ ਹਿਲਾ ਕੇ ਪਕਾਵਾਂਗੇ ਨਾ ਤਾਂ ਪ੍ਰੋਪਰਲੀ ਸਾਰਾ ਹੀ ਪੱਕੂਗਾ। ਦੂਜਾ ਤਰੀਕਾ ਆਪਾਂ ਜਿਵੇਂ ਤੁਹਾਡੇ ਕੋਲ ਮਸ਼ੀਨ ਨਾ ਹੋਵੇ ਤਾਂ ਤੁਸੀਂ ਇੱਦਾਂ ਕੋਈ ਦੁੱਧ ਦਾ ਪੈਕਟ ਚਾਹੇ ਕੋਈ ਵੈਸੇ ਪੋਲੀਥੀਨ ਜਿਹੜਾ ਹੁੰਦਾ ਵਾ ਚਾਹੇ ਲੱਸੀ ਦਾ ਪੈਕਟ, ਉਹਨੂੰ ਤੁਸੀਂ ਇੱਦਾਂ ਨੁੱਕਰ ਤੋਂ ਨਾ ਇੱਕ ਜਗ੍ਹਾ ਤੋਂ ਪਹਿਲਾਂ ਪੂਰਾ ਖਿੱਚ ਲੈਣਾ। ਮੈਂ ਖਿੱਚਿਆ ਹੈ ਨਾ ਪੂਰਾ, ਇਕੱਲਾ ਖਿੱਚਣਾ ਹੀ ਆ, ਕੱਟਣਾ ਨਹੀਂ। ਉਸ ਤੋਂ ਬਾਅਦ ਜਿਹੜੀ ਇਹ ਜਿਹੜੀ ਚੀਜ਼ ਹੈ ਨਾ ਇਹਨੂੰ ਇੱਦਾਂ ਆਪਾਂ ਕੱਟ ਦੇਣਾ। ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਬੇਸਣ ਭਰ ਦਾਂਗੇ ਤੇ ਹੁਣ ਇਹਦੇ ਉੱਤੇ ਆਪਾਂ ਇੱਦਾਂ ਰਬੜ ਪਾ ਦਾਂਗੇ ਇੱਕ ਘੁੱਟ ਕੇ। ਤੇ ਹੁਣ ਇਹ ਸਾਰੇ ਪਕੌੜੇ ਪੱਕ ਚੁੱਕੇ ਨੇ ਤੇ ਇਹਨਾਂ ਨੂੰ ਆਪਾਂ ਇੱਦਾਂ ਨਿਚੋੜ ਕੇ ਤੇ ਪਲੇਟ 'ਚ ਕੱਢ ਲਾਂਗੇ। ਤੇ ਹੁਣ ਆਪਾਂ ਘਰੇਲੂ ਮਸ਼ੀਨ ਦੇ ਨਾਲ ਇਹ ਪਕੌੜੇ ਤਿਆਰ ਕਰਨ ਲੱਗੇ ਹਾਂ ਕਿਉਂਕਿ ਉਹ ਮਸ਼ੀਨ ਹਾਰੀ ਸਾਰੀ ਦੇ ਘਰ ਨਹੀਂ ਹੁੰਦੀ ਤੇ ਇਹਨੂੰ ਇੱਦਾਂ ਤੁਸੀਂ ਨੱਪ ਨੱਪ ਕੇ ਇੱਦਾਂ ਪਕੌੜੇ ਕੱਢ ਸਕਦੇ ਹੋ, ਬੜੇ ਆਰਾਮ ਨਾਲ ਨਿਕਲ ਜਾਂਦੇ। ਤੇ ਜਲੇਬੀ ਵਾਲਾ ਕੰਮ ਹੁੰਦਾ ਇੱਥੇ, ਜਦੋਂ ਬਾਹਰ ਨੂੰ ਥੋੜਾ ਜਿਹਾ ਸ਼ੇਪ ਆ ਜਾਏ ਫਿਰ ਥੋੜਾ ਜਿਹਾ ਖੋਲ ਖੋਲ ਕੇ ਹੱਥ ਆਪਾਂ ਨੂੰ ਇਦਾਂ ਬਣਾਉਣੇ ਪੈਂਦੇ। ਬਾਕੀ ਪ੍ਰੋਪਰਲੀ ਸ਼ੇਪ ਨਾ ਵੀ ਬਣੇ ਤਾਂ ਕੋਈ ਗੱਲ ਨਹੀਂ ਹੈ, ਇੰਨਾ ਵਾ ਵੀ ਤੁਸੀਂ ਇਹ ਵੇਖਿਆ ਕਰੋ ਵੀ ਘਰੇ ਤਿਆਰ ਕੀਤੀ ਹੈ ਤੁਸੀਂ ਐ ਸਾਫ ਸੁਥਰੇ ਤਰੀਕੇ ਨਾਲ ਚੀਜ਼। ਸੋਨਿਆਂ ਨੂੰ ਪਕੌੜੇ ਨੂੰ ਆਪਾਂ ਪੱਕ ਲੈਣ ਦਿੰਦੇ ਹਾਂ ਤੇ ਇਹਦਾ ਤੁਹਾਨੂੰ ਆਪਾਂ ਕੁਰਕਰਾ ਆਪਾਂ ਵਿਖਾਉਂਦੇ ਹਾਂ। ਇਹ ਤੁਸੀਂ ਦੇਖ ਸਕਦੇ, ਦੇਖੋ ਐਂ ਕਰਕੇ ਟੁੱਟਦੇ ਨੇ, ਇੱਦਾਂ ਦੇ ਪਕੌੜੇ ਤੁਸੀਂ ਬਣਾ ਕੇ ਤੇ ਫਰਿੱਜ ਦੇ ਵਿੱਚ ਵੀ ਰੱਖ ਸਕਦੇ ਹੋ। ਇਹਦੇ ਵਿੱਚ ਹੋਰ ਜ਼ਿਆਦਾ ਕਰਾਰਾ ਤੁਸੀਂ ਲੂਣ ਮਿਰਚ ਪਾ ਕੇ ਤੇ ਇਹਨੂੰ ਐਜ ਏ ਸਨੈਕਸ ਵੀ ਖਾ ਸਕਦੇ ਹੋ ਤੁਸੀਂ। ਤੇ ਇੱਥੇ ਤੁਸੀਂ ਲਗਾਤਾਰ ਹਿਲਾਉਂਦੇ ਰਹਿਣਾ ਤੇ ਗੈਸ ਦਾ ਜਿਹੜਾ ਮੀਡੀਅਮ ਜਿਹਾ ਸੇਕ ਰੱਖਣਾ, ਜ਼ਿਆਦਾ ਨਹੀਂ। ਤੇ ਐਂ ਜਿਵੇਂ ਕਲਰ ਇਹਦਾ ਵਾ ਇੱਦਾਂ ਦਾ ਕਰਨਾ, ਤੁਸੀਂ ਦੇਖ ਸਕਦੇ ਹੋ ਜਿਵੇਂ ਆਹ ਕੁਰਕਰੇ ਹੋ ਚੁੱਕੇ। ਇਹਨੂੰ ਇੱਦਾਂ ਆਪਾਂ ਸਾਰਿਆਂ ਨੂੰ ਤੋੜ ਲਾਂਗੇ, ਤੁਸੀਂ ਦੇਖ ਸਕਦੇ ਹੋ ਆਵਾਜ਼ ਇਹਦੀ ਕਿੰਨੀ ਸੋਹਣੀ ਆ ਰਹੀ ਕੁਰਕਰੀ। ਜਿਵੇਂ ਜਿਵੇਂ ਠੰਡੇ ਹੁੰਦੇ ਜਾਣਗੇ ਉੱਦਾਂ ਉੱਦਾਂ ਹੀ ਜਿਹੜੇ ਥੋੜ੍ਹੇ ਹੋਰ ਹਾਰਡ ਹੁੰਦੇ ਜਾਣਗੇ। ਤੇ ਅੱਜ ਤੋਂ ਬਾਅਦ ਤੁਸੀਂ ਕਦੇ ਵੀ ਬਾਜ਼ਾਰੋਂ ਇਹ ਪਕੌੜੇ ਨਹੀਂ ਲਿਆਓਗੇ, ਜਦੋਂ ਤੁਸੀਂ ਵੀਡੀਓ ਵੇਖ ਲਓਗੇ ਇੰਨੇ ਕੁ ਜ਼ਿਆਦਾ ਟੇਸਟੀ ਬਣਦੇ। ਦੇਖੋ ਕਿਵੇਂ ਆਵਾਜ਼ ਆ ਰਹੀ ਨੇ ਇਹਨਾਂ ਦੀ।
ਬਾਕੀ ਇਹਨੇ ਵਧੀਆ ਕੁਰਕਰੇ ਚਾਹੇ ਅੰਦਰੋਂ ਜਿਵੇਂ ਤੁਸੀਂ ਦੇਖ ਸਕਦੇ ਹੋ ਨਰਮ ਪਕੌੜੇ, ਇਹ ਘਰ ਦੇ ਬੇਸਣ ਨਾਲ ਹੀ ਬਣ ਸਕਦੇ ਆ। ਤੁਸੀਂ ਆਪਣਾ ਘਰ ਦਾ ਬੇਸਣ ਤਿਆਰ ਕਰੋ, ਚਾਹੇ ਤਾਂ ਤੁਸੀਂ ਗ੍ਰੈਂਡਰ ਦੇ ਵਿੱਚ ਥੋੜਾ ਥੋੜਾ ਤਿਆਰ ਕਰ ਲਓ, ਅਦਰਵਾਈਜ਼ ਤੁਸੀਂ ਦਾਲ ਨੂੰ ਭਿਓ ਕੇ ਤੇ ਉਹਨੂੰ ਚੰਗੀ ਤਰ੍ਹਾਂ ਗ੍ਰੈਂਡ ਕਰਕੇ ਤੇ ਉਹਦੇ ਵੀ ਤੁਸੀਂ ਬਣਾ ਸਕਦੇ ਹੋ, ਉਹ ਵੀ ਬਹੁਤ ਵਧੀਆ ਬਣਨਗੇ। ਤੇ ਦੇਖੋ ਇਹ ਵੀ ਸ਼ੇਪ ਬਿਲਕੁਲ ਵਧੀਆ ਬਣੀ ਆ ਮਸ਼ੀਨ ਵਾਂਗੂ ਹੀ, ਤੇ ਉਹ ਤੇ ਮੇਰੇ ਕੋਲ ਪਈ ਸੀ ਮੈਂ ਤਾਂ ਬਣਾ ਲਈ, ਪਰ ਮੈਨੂੰ ਸਗੋਂ ਇਹਦੀ ਜ਼ਿਆਦਾ ਸ਼ੇਪ ਵਧੀਆ ਲੱਗੀ ਹੈ। ਹੁਣ ਆਪਾਂ ਇਧਰਲਾ ਵੀ ਜਿਹੜਾ ਵਾ ਚੰਗੀ ਤਰ੍ਹਾਂ ਪਾਸਾ ਸੇਕ ਲੈਨੇ। ਇਦਾਂ ਲੱਗ ਰਿਹਾ ਜਿਵੇਂ ਬਿਜਲੀ ਵਾਲੀ ਤਾਰਾਂ ਹੁੰਦੀਆਂ ਬਿਜਲੀ ਵਾਲੀ ਤਾਰਾਂ, ਚਾਹੇ ਇੱਦਾਂ ਵੀ ਹੁੰਦਾ ਜਿਹੜੀ ਉਹ ਟੋਕਰੀ ਨਹੀਂ ਹੁੰਦੀ ਇੱਦਾਂ, ਜਿਹਨੂੰ ਡੱਲ ਕਹਿੰਦੇ ਆਪਾਂ, ਇੱਦਾਂ ਬਣੀ ਹੁੰਦੀ ਥੱਲੇ ਗੋਲ 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 ਦੀ। ਤੁਸੀਂ ਇਹਨੂੰ ਕੜੀ ਦੇ ਵਿੱਚ ਵੀ ਪਾ ਕੇ ਬਣਾ ਸਕਦੇ ਹੋ, ਕੜੀ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ। ਆਲੂਆਂ ਦੀ ਸਬਜ਼ੀ ਬਣਾ ਸਕਦੇ ਹੋ ਤੇ ਕੱਲੀ ਵੀ ਮਸਾਲੇ ਵਾਲੀ ਇਹਦੀ ਸਬਜ਼ੀ ਬਣਾ ਸਕਦੇ ਹੋ। ਤੇ ਬਾਕੀ ਤੁਸੀਂ ਜਿਵੇਂ ਇਹਨੂੰ ਬਣਾ ਕੇ ਰੱਖਿਆ ਚਾਹੇ ਵੜੀਆਂ ਬਣਾ ਕੇ ਰੱਖੀਆਂ, ਵੜੀਆਂ ਦੇ ਨਾਲ ਵੀ ਤੁਸੀਂ ਇਹਦਾ ਵੀ ਇਸਤੇਮਾਲ ਕਰੋਗੇ ਨਾ, ਨਾਲ ਨਾਲ ਵੜੀਆਂ ਦੇ ਵਿੱਚ ਤੁਸੀਂ ਇਹਨੂੰ ਪਾ ਦਿਓ ਤੇ ਤਾਂ ਵੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ। ਤੇ ਲਓ ਜੀ ਆਪਾਂ ਇਹ ਪਕੌੜੇ ਜਿਹੜੇ ਸਾਰੇ ਤਿਆਰ ਕਰ ਲਿਆਏ ਆ, ਤੇ ਇਹ ਕੁਛ ਅਜੇ ਥੋੜੇ ਗਰਮ ਨੇ, ਇਹਨਾਂ ਨੂੰ ਆਪਾਂ ਤੋੜ ਲਿਆ ਸੀ ਚੰਗੀ ਤਰ੍ਹਾਂ, ਤੁਸੀਂ ਅੱਗੇ ਵੇਖ ਚੁੱਕੇ ਹੋ, ਫਿਰ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਦੇਖੋ ਐਂ ਕਿੰਨਾ ਪੂਰੇ ਸਖਤ ਨੇ ਤੇ ਵਿੱਚੋਂ ਇਹ ਜਿਹੜੇ ਪੂਰੇ ਨਰਮ ਨੇ, ਵੀ ਐ ਨਹੀਂ ਵੀ ਹਾਰਡ ਨਹੀਂ ਵੀ ਤੁਸੀਂ ਸਬਜ਼ੀ ਦੇ ਵਿੱਚ ਪਾਓਗੇ। ਤੇ ਕਈ ਜਿਵੇਂ ਬਾਜ਼ਾਰੋਂ ਤੁਸੀਂ ਪਕੌੜੇ ਲਿਆਓ ਨਾ, ਰਿੱਝਦੇ ਨਹੀਂ, ਜਿੰਨਾ ਮਰਜ਼ੀ ਰਿੰਨੀ ਜਾਓ ਤੁਸੀਂ ਆਲੂ ਰਿੱਝ ਜਾਣਗੇ ਤੇ ਉਹ ਹਾਰਡ ਦੇ ਹਾਰਡ ਹੀ ਰਹਿਣਗੇ। ਇਹਦੇ ਵਿੱਚ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਹੈ, ਤੁਸੀਂ ਘਰੇ ਤਿਆਰ ਕਰਿਓ ਜਿਵੇਂ ਅਸੀਂ ਤੁਹਾਨੂੰ ਦੱਸਿਆ, ਤੁਸੀਂ ਉੱਦਾਂ ਘਰੇ ਤਿਆਰ ਕਰ ਸਕਦੇ ਹੋ। ਤੇ ਜੇਕਰ ਨਹੀਂ ਕੋਈ ਤਿਆਰ ਕਰ ਸਕਦਾ ਤਾਂ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਮੰਗਾ ਸਕਦੇ ਹੋ ਸਾਡੇ ਕੋਲ। ਤੇ ਜਿਹੜੇ ਇਹ 'ਚ ਮਸਾਲੇ ਤੁਹਾਨੂੰ ਨਹੀਂ ਪਸੰਦ, ਤੁਸੀਂ ਉਹ ਸਕਿਪ ਵੀ ਕਰ ਸਕਦੇ ਹੋ ਜੇ ਤੁਸੀਂ ਘਰੇ ਤਿਆਰ ਕਰ ਰਹੇ ਹੋ। ਤੇ ਵੈਸੇ ਇਹਦੇ ਵਿੱਚ ਆਪਾਂ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ, ਜੀਰਾ, ਅਜਵਾਇਣ ਜਿਹੜਾ ਇਹ ਹਾਜ਼ਮੇ ਵਾਸਤੇ ਵਧੀਆ ਹੁੰਦਾ, ਤੇ ਕਾਲੀ ਮਿਰਚ ਆਪਾਂ ਇਹਦੇ ਵਿੱਚ ਪਾਈ, ਥੋੜ੍ਹਾ ਜਿਹਾ ਨਮਕ ਪਾਇਆ। ਇਹ ਸਾਰੇ ਪਕੌੜਿਆਂ ਦੇ ਵਿੱਚ ਹੀ ਆਪਾਂ ਜਿਨ੍ਹਾਂ ਦਾ ਆਰਡਰ ਆਊਗਾ ਇਸੇ ਤਰ੍ਹਾਂ ਹੀ ਆਪਾਂ ਤਿਆਰ ਕਰਾਂਗੇ। ਜੇ ਤੁਸੀਂ ਮੰਗਵਾਉਣੇ ਆ ਤਾਂ ਸਾਡੇ ਕੋਲ ਤੁਸੀਂ ਮੰਗਾ ਸਕਦੇ ਹੋ। ਬਾਕੀ ਆਪਾਂ ਤੁਹਾਨੂੰ ਵਾਰ ਵਾਰ ਇਹ ਵੀਡੀਓ ਬਣਾ ਕੇ ਦੱਸਣ ਦਾ ਸਾਡਾ ਇਹੀ ਮਕਸਦ ਆ, ਅਸੀਂ ਤੁਹਾਨੂੰ ਇਹੀ ਵਾਰ ਵਾਰ ਕਹਿੰਦੇ ਕਿ ਤੁਸੀਂ ਕੋਈ ਵੀ ਚੀਜ਼ ਆ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ, ਚਾਹੇ ਵੜੀਆਂ ਨੇ, ਚਾਹੇ ਪਾਪੜ ਆ, ਚਾਹੇ ਤੁਸੀਂ ਇਹੋ ਜਿਹੇ ਪਕੌੜੇ ਆ, ਇਹ ਤੁਸੀਂ ਬਾਜ਼ਾਰੋਂ ਕਿਉਂ ਲੈ ਕੇ ਆਉਂਦੇ ਹੋ, ਤੁਸੀਂ ਆਪਦੇ ਘਰੇ ਤਿਆਰ ਕਰਿਆ ਕਰੋ। ਬਹੁਤ ਹੀ ਸੌਖੇ ਸਿੰਪਲ ਤਰੀਕੇ ਨਾਲ ਤਿਆਰ ਹੋ ਜਾਂਦੇ ਹੋ, ਕੋਈ ਇਹਦੇ ਵਿੱਚ ਤਾਮ ਝਾਮ ਨਹੀਂ। ਜੇ ਤੁਸੀਂ ਦੇਖਿਆ ਇਹਦੇ ਵਿੱਚ ਆਪਾਂ ਕੋਈ ਸੋਡਾ ਨਹੀਂ, ਕੋਈ ਬੇਕਿੰਗ ਪਾਊਡਰ ਨਹੀਂ, ਕੋਈ ਕੁਛ ਨਹੀਂ ਆਪਾਂ ਇਹਦੇ ਵਿੱਚ ਪਾਇਆ, ਵੀ ਜਿਹਦੇ ਨਾਲ ਇਹ ਫੁੱਲਣ, ਚਾਹੇ ਜਿਹਦੇ ਨਾਲ ਨਰਮ ਰਹਿਣ, ਚਾਹੇ ਖਸਤਾ ਕਰਨ ਵਾਸਤੇ, ਕੁਛ ਨਹੀਂ ਇਹਦੇ ਵਿੱਚ ਪਾਇਆ ਆਪਾਂ। ਤੇ ਇਹ ਆਪਾਂ ਪਕੌੜੇ ਤਿਆਰ ਕਰ ਲਿਆ, ਵੜੀਆਂ ਵੀ ਆਪਾਂ ਤਿਆਰ ਕੀਤੀਆਂ ਵਾ, ਵੜੀਆਂ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਇਹ ਸਾਰਾ ਆਪਾਂ ਚੈਨਲ ਤੇ ਵੀਡੀਓ ਤਿਆਰ ਕਰਕੇ ਪਾਈ ਆ। ਸੋ ਕਈ ਭੈਣਾਂ ਫਿਰ ਵੀ ਕਹਿ ਦੇਣਗੇ ਮੈਡਮ ਸਾਨੂੰ ਦੱਸ ਦਿਓ, ਸਾਨੂੰ ਪਤਾ ਨਹੀਂ ਲੱਗਦਾ ਕਿੱਦਾਂ। ਦੇਖੋ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਬਹੁਤ ਵਾਰੀ ਆਪਾਂ ਤੁਹਾਨੂੰ ਕਿਹਾ ਹੈਗਾ ਵੀ ਜਿਹੜਾ ਵੀਡੀਓ 'ਚ ਆਪਾਂ ਨੰਬਰ ਦਿੱਤਾ ਨਾ ਉਹ ਸਿਰਫ ਆਰਡਰ ਦੇਣ ਵਾਸਤੇ ਦਿੱਤਾ, ਜੇ ਕੋਈ ਤੁਸੀਂ ਸਲਾਹ ਮਸ਼ਵਰਾ ਚਾਹੇ ਇੱਦਾਂ ਤੁਸੀਂ ਪੁੱਛਦੇ ਹੋ ਡਿਟੇਲ ਦੇ ਵਿੱਚ, ਮਸਾਲੇ ਦੱਸੋ ਜੀ, ਅੰਬ ਦਾ ਅਚਾਰ ਪਾਇਆ ਕਿਹੜੇ ਤਰੀਕੇ ਨਾਲ ਜਾਂਦਾ ਜੀ, ਕਿੰਨੇ ਮਸਾਲੇ ਲੈਣੇ ਆ, ਕਿੰਨਾ ਅਚਾਰ ਲੈਣਾ, ਇਹ ਸਾਰਾ ਕੁਝ ਆਪਾਂ ਵੀਡੀਓ 'ਚ ਪਹਿਲਾਂ ਦੱਸਿਆ ਹੁੰਦਾ। ਸੋ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ, ਜੇ ਤੁਸੀਂ ਕਿਸੇ ਨੂੰ ਫੋਨ ਕਰਕੇ ਇੱਦਾਂ ਪੁੱਛੋ ਤੇ ਆਪਣੇ ਕੋਲ ਤਾਂ ਖਾਸ ਕਰਕੇ ਟਾਈਮ ਨਹੀਂ ਹੁੰਦਾ, ਕਿਉਂਕਿ ਸਾਰਾ ਕੰਮ ਕਰਨਾ ਹੁੰਦਾ, ਅਚਾਰ ਤਿਆਰ ਕਰਨਾ ਹੁੰਦਾ, ਵੜੀਆਂ ਤਿਆਰ ਕਰਨੀਆਂ, ਚਾਹੇ ਹੁਣ ਜਿਵੇਂ ਪਕੌੜੇ ਪਾਪੜੇ ਸਾਰਾ ਕੁਝ ਅਸੀਂ ਘਰੇ ਤਿਆਰ ਕਰਦੇ ਹਾਂ, ਤੇ ਸਾਡੇ ਫੈਮਿਲੀ ਮੈਂਬਰ ਹੀ ਨੇ ਸਾਰੇ ਜਿੰਨੇ ਅਸੀਂ ਤਿਆਰ ਕਰਦੇ ਹਾਂ, ਕੋਈ ਵੀ ਅਸੀਂ ਬਾਹਰੋਂ ਕੋਈ ਲੇਬਰ ਵਾਲਾ ਬੰਦਾ ਕੋਈ ਕੁਛ ਨਹੀਂ ਆਪਾਂ ਉਹਦੇ ਵਿੱਚ ਲਾਇਆ ਹੈਗਾ। ਸੋ ਤੁਸੀਂ ਫੋਨ ਉਹੀ ਕਰਿਆ ਕਰੋ ਜਿਨ੍ਹਾਂ ਨੇ ਆਰਡਰ ਦੇਣਾ ਹੋਵੇ, ਚਾਹੇ ਉਹ ਸਰਵਲੋ ਦੇ ਬਰਤਨ ਹੋਣ, ਚਾਹੇ ਹੀਟਰ ਹੋਵੇ, ਚਾਹੇ ਇਹ ਵੜੀਆਂ ਪਾਪੜ ਚਾਹੇ ਅਚਾਰ ਹੋਵੇ, ਹਰ ਕਿਸਮ ਦਾ ਸਮਾਨ ਆਪਣੇ ਕੋਲ ਮਿਲ ਜਾਂਦਾ ਹੈ। ਜੋ ਵੀ ਤੁਸੀਂ ਮੰਗਾਉਣਾ ਹੋਵੇ ਉਹ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ, ਸਾਡੇ ਵੀਡੀਓ ਵਿੱਚ ਦਿੱਤੇ ਨੰਬਰ ਦੇ ਵਟਸਐਪ 'ਤੇ ਤੁਸੀਂ ਆਪਦਾ ਆਰਡਰ ਵੀ ਸੈਂਡ ਕਰ ਸਕਦੇ ਹੋ। ਸਕੈਨਰ ਜਿਹੜਾ ਉਹ ਆਪਣੀ ਡੀਪੀ 'ਤੇ ਲੱਗਾ, ਕਿਉਂਕਿ ਬਹੁਤ ਇਹ ਮਿਸਟੇਕ ਹੁੰਦੀ ਹੈ, ਬਾਰ ਬਾਰ ਆਰਡਰ ਤਾਂ ਦੇ ਦਿੰਦੇ ਨੇ, ਫਿਰ ਪੁੱਛਣਗੇ ਕਿ ਮੈਡਮ ਸਾਨੂੰ ਕਿਊਆਰ ਕੋਡ ਦੇ ਦਿਓ ਜੀ, ਸਾਨੂੰ ਪਤਾ ਨਹੀਂ ਲੱਗਦਾ ਪੈਸੇ ਕਿੱਥੇ ਪਾਉਣੇ ਆ, ਕਿਸ ਤਰ੍ਹਾਂ ਕਰਨੀ ਪੇਮੈਂਟ। ਆਪਾਂ ਬਾਰ ਬਾਰ ਤੁਹਾਨੂੰ ਦੱਸ ਦਿੰਦੇ ਹਾਂ ਵੀ ਮੇਰੀ ਡੀਪੀ 'ਤੇ ਲੱਗਾ ਆ ਸਕੈਨਰ, ਉਹਦੇ ਵਿੱਚ ਤੁਸੀਂ ਪੇਮੈਂਟ ਕਰਕੇ ਸਕਰੀਨਸ਼ਾਟ ਮੈਨੂੰ ਭੇਜਣਾ, ਸੌਖਾ ਸਿੰਪਲ ਤਰੀਕਾ, ਤੇ ਫਿਰ ਆਪਾਂ ਤੁਹਾਡਾ ਜਿਹੜਾ ਸਮਾਨ ਤੁਹਾਨੂੰ ਭੇਜ ਦਾਂਗੇ। ਬਾਕੀ ਰਹਿ ਗਈ ਜਿਹੜੀ ਗੱਲ, ਕਿਸੇ ਵੇਲੇ ਲੇਟ ਹੋ ਜਾਂਦਾ ਸਮਾਨ, ਅਸੀਂ ਜਦੋਂ ਭੇਜਦੇ ਹਾਂ ਤੁਹਾਨੂੰ ਸਲਿੱਪ ਆਪਾਂ ਉਦੋਂ ਹੀ ਭੇਜ ਦਿੰਦੇ ਹਾਂ, ਜਿਵੇਂ 13 ਤਰੀਕ ਦਾ ਭੇਜਿਆ ਤਾਂ 13 ਦਾ ਹੀ ਭੇਜਾਂਗੇ।
ਜੇਕਰ ਉਹ ਲੇਟ ਹੁੰਦਾ ਤੇ ਉਹ ਉੱਥੋਂ ਦੇ ਏਰੀਏ ਦੇ ਜਿਹੜੇ ਕੋਰੀਅਰ ਦਫ਼ਤਰ ਵਾਲਿਆਂ ਦੇ ਥੋੜਾ ਜਿਹਾ ਹੁੰਦਾ ਵਾ ਵੀ ਆਲਸਪਣ ਕਹਿ ਲਓ ਚਾਹੇ ਲਾਪਰਵਾਹੀ ਕਹਿ ਲਓ ਕੁਛ ਵੀ, ਉਹ ਥੋੜਾ ਜਿਹਾ ਲੇਟ ਕਰਦੇ ਆ। ਸੋ ਆਪਾਂ ਤੁਹਾਨੂੰ 3 ਤੋਂ 4 ਦਿਨ ਦਿੱਤੇ ਹੁੰਦੇ ਆ, 3 ਤੋਂ 4 ਦਿਨਾਂ ਦੇ ਵਿੱਚ ਜੇ ਤੁਹਾਡੇ ਕੋਲ ਸਮਾਨ ਨਹੀਂ ਪਹੁੰਚਦਾ ਤੇ ਪਲੀਜ਼ ਕਈ ਨਾ ਵੇਟ ਕਰਦੇ ਰਹਿੰਦੇ, 10 ਦਿਨ ਬਾਅਦ ਚ ਮੁੜ ਕੇ ਮੈਨੂੰ ਫੋਨ ਕਰਨਗੇ, ਮੈਡਮ ਅੱਜ ਤੇ 3 ਦਿਨ ਹੋ ਗਏ ਤੁਸੀਂ ਨਹੀਂ ਭੇਜਿਆ। ਚਲੋ ਉਹਨਾਂ ਦਾ ਧੰਨਵਾਦ ਕਿ ਉਹ ਵਿਚਾਰੇ ਬੈਠੇ ਸਬਰ ਕਰਦੇ ਰਹਿੰਦੇ ਆ, ਪਰ ਆਪਾਂ ਫਿਰ ਵੀ ਤੁਹਾਨੂੰ ਕਹਿੰਦੇ ਵੀ 3 ਤੋਂ 4 ਦਿਨ ਜੇਕਰ ਹੋ ਜਾਂਦੇ ਆ ਤੇ ਪਲੀਜ਼ ਸਾਨੂੰ ਤੁਸੀਂ ਫੋਨ ਕਰਕੇ ਦੱਸਿਆ ਕਰੋ ਕਿ ਤੁਹਾਡਾ ਸਮਾਨ ਪਹੁੰਚਿਆ ਕਿ ਨਹੀਂ ਪਹੁੰਚਿਆ। ਪਹੁੰਚ ਜਾਂਦਾ ਤਾਂ ਵੀ ਸਾਨੂੰ ਦੱਸਿਆ ਕਰੋ, ਜੇ ਨਹੀਂ ਪਹੁੰਚਿਆ ਤਾਂ ਵੀ ਦੱਸਿਆ ਕਰੋ। ਬਾਕੀ ਜਿਹੜੇ ਸਾਨੂੰ ਇਹ ਫਿਰ ਬਾਅਦ 'ਚ ਮੈਸੇਜ ਕਰਦੇ ਆ ਕਿ ਮੈਡਮ ਸਾਡਾ ਸਮਾਨ ਨਹੀਂ ਪਹੁੰਚਿਆ ਹੈਗਾ, ਤੇ ਆਪਾਂ ਉਹਦੀ ਇਨਕੁਆਇਰੀ ਪੂਰੀ ਕਰਾਉਂਦੇ ਆ, ਤੇ ਉਸ ਤੋਂ ਬਾਅਦ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜੇ ਤੁਹਾਨੂੰ ਸਮਾਨ ਮਿਲ ਗਿਆ ਤਾਂ ਪਲੀਜ਼ ਸਾਨੂੰ ਦੱਸ ਦਿਆ ਕਰੋ, ਕਿਉਂਕਿ ਸਾਨੂੰ ਤਾਂ ਸੁਪਨਾ ਨਹੀਂ ਨਾ ਆ ਰਿਹਾ ਕਿ ਤੁਹਾਨੂੰ ਸਮਾਨ ਮਿਲ ਗਿਆ। ਕਈ ਲੈ ਕੇ ਚੁੱਪ ਕਰਕੇ ਬਹਿ ਜਾਂਦੇ, ਅਸੀਂ ਉਹਦੀ ਇਨਕੁਆਇਰੀ ਕਰਾਉਂਦੇ ਰਹਿੰਦੇ ਵੀ ਕਿੱਥੇ ਗਿਆ ਕਿੱਥੇ ਗਿਆ। ਜਿਵੇਂ ਕਿ ਹੀਟਰ ਸੀਗਾ ਉਹਨਾਂ ਨੂੰ ਮਿਲ ਗਿਆ, 2-3 ਦਿਨ ਹੋ ਗਏ, ਤੇ ਮੈਨੂੰ ਉਹਦੀ ਟੈਨਸ਼ਨ ਵੀ ਉਹਨਾਂ ਨੂੰ ਮਿਲ ਨਹੀਂ ਰਿਹਾ, ਅਜੇ 2 ਦਿਨ ਹੋ ਗਏ ਉੱਪਰ ਜਾ ਰਹੇ, ਅੱਜ 6 ਦਿਨ ਹੋ ਗਏ ਆ। ਮੈਂ ਫਿਰ ਉਹਨਾਂ ਨੂੰ ਮੈਸੇਜ ਕੀਤਾ ਕਹਿੰਦੇ ਸਾਨੂੰ ਮਿਲ ਗਿਆ ਸਮਾਨ, ਸੋ ਪਲੀਜ਼ ਇਸ ਕਰਕੇ ਤੁਸੀਂ ਸਾਨੂੰ ਦੱਸ ਜ਼ਰੂਰ ਦਿਆ ਕਰੋ ਕੋਈ ਵੀ ਸਮਾਨ ਤੁਸੀਂ ਮੰਗਾਉਂਦੇ ਹੋ ਜੋ ਤੁਹਾਡੇ ਕੋਲ ਪਹੁੰਚ ਜਾਂਦਾ ਕਿ ਮੈਡਮ ਤੁਹਾਡਾ ਪਾਰਸਲ ਸਾਨੂੰ ਮਿਲ ਚੁੱਕਾ। ਇਹਦੇ ਨਾਲ ਮੈਨੂੰ ਵੀ ਸ਼ਾਂਤੀ ਆ ਜਾਂਦੀ ਹੈ, ਚਲੋ ਮੈਂ ਥੋੜ੍ਹੀ ਜਿਹੀ ਬੇਫਿਕਰੀ ਹੋ ਜਾਂਦੀ ਹਾਂ, ਨਹੀਂ ਤੇ ਜਿੰਨਾ ਚਿਰ ਤੁਹਾਡੇ ਕੋਲ ਸਮਾਨ ਨਹੀਂ ਪਹੁੰਚਦਾ ਆਪਾਂ ਨੂੰ ਉਸ ਚੀਜ਼ ਦੀ ਪੂਰੀ ਫਿਕਰ ਹੁੰਦੀ ਹੈ। ਬਾਕੀ ਜਿਹਦੇ ਕੋਲ ਨਹੀਂ ਪਹੁੰਚਦਾ ਤੁਸੀਂ ਘਬਰਾਓ ਨਾ ਜੀ, ਜਿੰਨਾ ਚਿਰ ਤੁਹਾਡੇ ਕੋਲ ਸਮਾਨ ਨਹੀਂ ਪਹੁੰਚਿਆ ਉਹ ਸਾਡੀ ਜ਼ਿੰਮੇਵਾਰੀ ਹੈ, ਜਦੋਂ ਪਹੁੰਚ ਜਾਂਦਾ ਉਸ ਤੋਂ ਬਾਅਦ ਜਿਹੜੀ ਉਹ ਹਰ ਸਮਾਨ ਦੀ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਅਸੀਂ ਇਸ ਚੀਜ਼ ਦੀ ਪੂਰੀ ਜਿਹੜੀ ਤਸੱਲੀ ਲੈਂਦੇ ਹਾਂ ਵੀ ਸਮਾਨ ਪਹੁੰਚੂਗਾ, ਨਹੀਂ ਪਹੁੰਚਿਆ ਤਾਂ ਆਪਾਂ ਇਹ ਵੀ ਤੁਹਾਨੂੰ ਦੱਸਦੇ ਹਾਂ ਵੀ ਨਹੀਂ ਤੁਹਾਡੇ ਕੋਲ ਸਮਾਨ ਪਹੁੰਚ ਰਿਹਾ, ਤੁਹਾਡੇ ਪੈਸੇ ਵਾਪਸ ਆਪਾਂ ਪਾ ਦਾਂਗੇ। ਜੇਕਰ ਸਮਾਨ ਖਰਾਬ ਨਿਕਲਿਆ ਤਾਂ ਵੀ ਤੁਸੀਂ ਸਾਨੂੰ ਸਮਾਨ ਸਾਡਾ ਵਾਪਸ ਭੇਜ ਦੇਣਾ ਤੇ ਤੁਹਾਨੂੰ ਅਸੀਂ ਤੁਹਾਡੇ ਜਿਹੜੇ ਪੈਸੇ ਵਾਪਸ ਪਾ ਦਾਂਗੇ। ਸੋ ਇਹ ਜਿਹੜੀ ਨਿੱਕੀ ਜਿਹੀ ਵੀਡੀਓ ਆਪਾਂ ਜੋ ਤਿਆਰ ਕੀਤੀ ਆ, ਨਿੱਕੀ ਜਿਹੀ ਤਾਂ ਨਹੀਂ ਆ, ਵੈਸੇ ਮਿਹਨਤ ਬਹੁਤ ਹੁੰਦੀ ਆ ਵੀਡੀਓ ਬਣਾਉਣ ਲੱਗਿਆ ਵੀ ਮਿਹਨਤ ਬਹੁਤ ਹੁੰਦੀ ਆ, ਤੇ ਜਿਹੜਾ ਮਟੀਰੀਅਲ ਤਿਆਰ ਕਰਦੇ ਤੇ ਵੀ ਬਹੁਤ ਮਿਹਨਤ ਲੱਗਦੀ ਆ। ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦੱਬ ਕੇ ਕਰ ਦਿਓ, ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਹੈ ਜੀ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੈਲ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ, ਮਿਲਦੇ ਇੱਕ ਨਵੀਂ ਜਾਣਕਾਰੀ ਵਾਲੀ ਵੀਡੀਓ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਕਾਲੀ ਮਿਰਚ ਨੂੰ ਦਰਦਰਾ ਕੁੱਟ ਕੇ ਇਸ ਕਰਕੇ ਪਾਇਆ ਕਿ ਜੇਕਰ ਇਹਨੂੰ ਆਪਾਂ ਪੀਸ ਕੇ ਪਾਉਂਦੇ ਤੇ ਪਕੌੜਿਆਂ ਦਾ ਰੰਗ ਜਿਹੜਾ ਉਹ ਬਲੈਕ ਹੋ ਜਾਣਾ ਸੀਗਾ।